ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ। ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ। ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ। ਕੇਜਰੀਵਾਲ ਦੀ ਜਿਹੜੀ ਜ਼ਮਾਨਤ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ, ਉਹ ਤੁਰੰਤ ਸੁਣਵਾਈ ਤੋਂ ਨਾ ਕਰ ਦਿੱਤੀ ਗਈ ਹੈ ਜੀ। ਬਿਲਕੁਲ ਜੀ ਬਿਲਕੁਲ। ਗੱਲ ਇਹ ਜੀ ਕਿ ਅਰਵਿੰਦ ਕੇਜਰੀਵਾਲ 1 ਜੂਨ ਤੱਕ ਬਾਹਰ ਆ, ਅੰਤਰਮ ਜ਼ਮਾਨਤ ਦੇ ਉੱਤੇ ਆ। 21 ਦਿਨ ਦੀ ਅੰਤਰਮ ਜ਼ਮਾਨਤ ਮਿਲੀ ਸੀ ਤੇ ਫਿਰ ਉਹਨੇ ਹੁਣ 2 ਜੂਨ ਨੂੰ ਸਰੈਂਡਰ ਕਰਨਾ ਵਾਪਸ। ਉਹਨੂੰ ਅਦਾਲਤ ਨੇ ਪ੍ਰਚਾਰ ਕਰਨ ਦੇ ਲਈ ਇਜਾਜ਼ਤ ਦਿੱਤੀ ਸੀ ਵੀ ਤੁਸੀਂ ਪ੍ਰਚਾਰ ਦੇ ਲਈ ਬਾਹਰ ਜਾ ਸਕਦੇ ਹੋ। ਉਹਨੇ ਪ੍ਰਚਾਰ ਕਰਦਿਆਂ ਕਰਦਿਆਂ ਹੁਣ ਪਰਸੋਂ ਪਟੀਸ਼ਨ ਪਾਈ ਸੀ ਅਦਾਲਤ ਦੇ ਵਿੱਚ ਕਿ ਮੈਨੂੰ 7 ਦਿਨ ਦਾ ਹੋਰ ਸਮਾਂ ਦਿੱਤਾ ਜਾਵੇ, 7 ਦਿਨ ਦੇ ਲਈ ਮੈਨੂੰ ਜੇਲ੍ਹ ਦੇ ਵਿੱਚ ਹੋਰ ਆਉਣ ਤੋਂ ਮੁਕਤੀ ਦਿੱਤੀ ਜਾਵੇ। ਮੈਂ ਅੰਦਰ ਨਹੀਂ ਆ ਸਕਦਾ, ਹਾਲੇ ਆਉਣਾ ਨਹੀਂ ਚਾਹੁੰਦਾ, ਕਿਉਂਕਿ ਮੈਂ ਆਪਣੀ ਸਿਹਤ ਦਾ ਚੈੱਕਅਪ ਕਰਵਾਉਣਾ। ਕੁਝ ਕੁ ਨੇ ਗੱਲ ਕਹੀ ਸੀ ਕਿ ਮੈਨੂੰ ਕੀਟੋਨ ਸਮੱਸਿਆ ਜਾਂ ਕੁਛ ਹੋਰ, ਜੇਕਰ ਮੈਂ ਗਲਤ ਨਾ ਹੋਵਾਂ। ਤੇ ਜਿਹੜਾ ਕਿ ਉਹਨੇ ਕਿਹਾ ਸੀ ਵੀ ਘਾਤਕ ਰੋਗ ਹੈਗਾ, ਘਾਤਕ ਸਮੱਸਿਆ ਹੈਗੀ ਆ, ਇਸ ਕਰਕੇ ਵੀ ਮੈਨੂੰ ਤੁਸੀਂ 7 ਦਿਨ ਦੇ ਲਈ ਹੋਰ ਤੇ ਅੰਤਰਮ ਜ਼ਮਾਨਤ ਦਿਓ। ਪਰ ਇਹ ਪਤਾ ਲੱਗਾ ਜੀ ਕਿ ਲੰਘੇ ਕੱਲ ਤੇ ਮਾਣਯੋਗ ਅਦਾਲਤ ਨੇ, ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਗੱਲ ਕਹੀ ਆ ਕਿ ਤੁਹਾਡੀ ਅਸੀਂ ਇਸ ਅਰਜ਼ੀ ਦੇ ਉੱਤੇ ਤੁਰੰਤ ਸੁਣਵਾਈ ਨਹੀਂ ਕਰ ਸਕਦੇ, ਇਹਦੇ ਉੱਤੇ ਫੈਸਲਾ ਚੀਫ ਜਸਟਿਸ ਨੇ ਲੈਣਾ ਤੇ ਅਸੀਂ ਇਸ ਮਸਲੇ ਦੇ ਉੱਤੇ ਕੁਝ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਹੋਇਆ ਕਿ ਅਰਵਿੰਦ ਕੇਜਰੀਵਾਲ ਛੇਤੀ ਨਹੀਂ ਇਸ ਮਾਮਲੇ ਦੇ ਵਿੱਚ ਕੋਈ ਰਾਹਤ ਹਾਸਲ ਕਰ ਸਕੂ ਤੇ ਉਹਨੂੰ 2 ਤਰੀਕ ਨੂੰ, ਯਾਨੀ ਕਿ 2 ਜੂਨ ਨੂੰ ਸਰੈਂਡਰ ਕਰਨਾ ਹੀ ਪਊਗਾ, ਕਿਉਂਕਿ ਅਦਾਲਤ ਨੇ ਕਿਹਾ ਸੀ ਤੁਰੰਤ ਸੁਣਵਾਈ ਨਹੀਂ ਕਰ ਸਕਦੇ। ਮੰਨ ਲਓ ਸੁਣਵਾਈ ਕੀਤੀ ਜਾਵੇ 3-4 ਦਿਨਾਂ ਬਾਅਦ, ਤੇ ਉਦੋਂ ਤੱਕ 3-4 ਦਿਨਾਂ ਬਾਅਦ 2 ਜੂਨ ਆ ਜਾਣੀ, ਉਦੋਂ ਤੱਕ ਸਰੈਂਡਰ ਕਰਨ ਦਾ ਵੇਲਾ ਆ ਜਾਣਾ। ਸੋ ਹੋ ਸਕਦਾ ਅਰਵਿੰਦ ਕੇਜਰੀਵਾਲ ਦੀ ਸਿਹਤ ਦੇ ਵਿੱਚ ਕੋਈ ਵਿਗਾੜ ਹੋਵੇ ਵੀ, ਤੇ ਇਹ ਵੀ ਹੋ ਸਕਦਾ ਵੀ ਭਾਈ ਅਰਵਿੰਦ ਕੇਜਰੀਵਾਲ ਹੋਰ ਇਹ ਚਾਹੁੰਦੇ ਹੋਣ ਕਿ ਮੈਂ 4 ਤਰੀਕ ਨੂੰ ਟੀਵੀ ਦੇ ਮੂਹਰੇ ਬੈਠ ਕੇ ਤੇ ਭਾਈ ਪਹਿਲਾਂ ਨਤੀਜੇ ਦੇਖ ਲਾਂ, ਮੈਂ ਫੇਰ ਹੀ ਅੰਦਰ ਜਾਊਂਗਾ। ਸੋ ਇਹ ਹੈ ਜੀ ਕਿ ਉਹਨਾਂ ਨੂੰ ਵਕਤੀ ਤੌਰ ਦੇ ਉੱਤੇ ਰਾਹਤ ਨਹੀਂ ਮਿਲੀ ਤੇ ਇੱਕ ਵਾਰ ਉਹਨਾਂ ਨੂੰ 2 ਜੂਨ ਨੂੰ ਹੁਣ ਸਰੈਂਡਰ ਕਰਨਾ ਹੀ ਪਊਗਾ। ਤੇ ਉਹ ਸਰੈਂਡਰ ਤੋਂ ਬਾਅਦ ਫਿਰ ਅਗਲੀ ਕਾਰਵਾਈ ਕੀ ਹੋਊਗੀ, ਕੀ ਉਹਨਾਂ ਨੂੰ ਪੱਕੇ ਤੌਰ ਤੇ ਜ਼ਮਾਨਤ ਮਿਲੂਗੀ ਜਾਂ ਕੀ ਉਹ ਬਰੀ ਹੋ ਜਾਣਗੇ ਜਾਂ ਕੀ ਰਾਹਤ ਮਿਲ ਜੂਗੀ ਜਾਂ ਨਹੀਂ ਮਿਲ ਜੂਗੀ, ਇਹ ਹੁਣ ਸਮੇਂ ਨੇ ਬਿਆਨ ਕਰਨਾ। ਪਰ ਇਹ ਹੈ ਜੀ ਕਿ ਇੱਕ ਵਾਰ ਉਹਨਾਂ ਦੇ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ ਬਾਹਰ ਰਹਿਣ ਦਾ ਜਾਂ ਕਹਿ ਲਈਏ 7 ਦਿਨ ਦੇ ਲਈ ਹੋਰ ਰਾਹਤ ਹਾਸਲ ਕਰਨ ਦਾ ਮਸਲਾ ਸੀਗਾ, ਉਹਦੇ ਵਿੱਚ ਇੱਕ ਵਾਰ ਰੋਕ ਲੱਗ ਗਈ ਆ। ਤੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਤੇ ਸਭ ਕੁਝ ਸਭ ਦੇ ਸਾਹਮਣੇ ਆ ਜਾਣਾ। ਤੇ ਇੱਥੇ ਅਮਿਤ ਸ਼ਾਹ ਹੋਰੀ ਇਹ ਗੱਲ ਕਹਿੰਦੇ ਆ ਕਿ ਭਾਈ ਅਰਵਿੰਦ ਕੇਜਰੀਵਾਲ ਹੋਰੀ ਪੇਸ਼ਕਾਰੀਆਂ ਇਉਂ ਕਰਦੇ ਕਿ ਜਿਵੇਂ ਇਹਨਾਂ ਨੂੰ ਪੱਕੇ ਤੌਰ ਤੇ ਰਾਹਤ ਮਿਲ ਗਈ ਹੁੰਦੀ ਆ, ਜਦਕਿ ਇਹਨਾਂ ਨੂੰ ਅੰਤਰਮ ਜ਼ਮਾਨਤ ਮਿਲੀ ਹੋਈ ਆ, ਵਕਤੀ ਤੌਰ ਦੇ ਉੱਤੇ ਪ੍ਰਚਾਰ ਲਈ ਰਾਹਤ ਮਿਲੀ ਹੋਈ ਆ। ਸੋ ਸ਼ਬਦਕ ਜੰਗ ਜਾਰੀ ਆ, ਆਖਰੀ ਗੇੜ ਦੀਆਂ ਵੋਟਾਂ ਪੈਣੀਆਂ 1 ਜੂਨ ਨੂੰ। ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਆ, ਉਹਨਾਂ ਨੇ ਕੱਲ੍ਹ ਤੱਕ, ਕੱਲ੍ਹ ਆਥਣ ਤੱਕ ਪੰਜਾਬ ਦੇ ਵਿੱਚ ਰਹਿਣਾ, ਕਿਉਂਕਿ ਕੱਲ੍ਹ ਆਥਣ ਨੂੰ ਯਾਨੀ ਕਿ ਵੀਰਵਾਰ ਦੀ ਸ਼ਾਮ ਨੂੰ ਤੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਬੰਦ ਹੋ ਜਾਣਾ ਜਾਂ ਜਿੱਥੇ ਜਿੱਥੇ ਵੀ ਹੋਰ ਚੋਣਾਂ ਹੋਣੀਆਂ। ਉਸ ਤੋਂ ਬਾਅਦ ਫਿਰ ਜਿਹੜਾ ਵੀ ਖੇਤਰ ਦਾ ਨੇਤਾ ਹੋਵੇ ਉਹ ਤਾਂ ਰਹਿੰਦਾ ਉੱਥੇ ਤੇ ਬਾਕੀਆਂ ਨੂੰ ਆਪੋ ਆਪਣੇ ਇਲਾਕੇ ਦੇ ਵਿੱਚ ਜਾਣਾ ਪੈਂਦਾ। ਮੇਰਾ ਖਿਆਲ ਆ ਵੀ ਕੱਲ੍ਹ ਨੂੰ ਸ਼ਾਮ ਨੂੰ ਅਰਵਿੰਦ ਕੇਜਰੀਵਾਲ ਹੋਰੀ ਦਿੱਲੀ ਵਾਪਸ ਚਲੇ ਜਾਣਗੇ ਤੇ ਉਸ ਤੋਂ ਬਾਅਦ ਵੇਦੇ ਵੀ ਭਾਈ ਕੀ ਬਣਦਾ ਜੀ। ਜੀ ਬਿਲਕੁਲ ਕਹਿਣਾ ਸਾਹਿਬ, ਕੱਲ ਦੀ ਇੱਕ ਚੈਟ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਚੈਟ ਅੰਮ੍ਰਿਤਪਾਲ ਸਿੰਘ ਦੇ ਪੱਖ ਦੇ ਵਿੱਚ ਬਣਾਏ ਗਏ ਵਟਸਐਪ ਗਰੁੱਪ ਦੀ ਚੈਟ ਹੈ, ਔਰ ਇਹਦੇ ਵਿੱਚ ਕਾਫੀ ਜ਼ਿਆਦਾ ਜਾਤੀ ਸੂਚਕ ਗੱਲਾਂ ਜਿਹੜੀਆਂ ਉਹ ਕਹੀਆਂ ਗਈਆਂ ਨੇ। ਕਹਿੰਦੇ ਇਹਨਾਂ ਗੱਲਾਂ ਦੀ ਸ਼ਿਕਾਇਤ ਕੀਤੀ ਗਈ ਹੈ ਹੁਣ। ਹਾਂ ਬਿਲਕੁਲ ਜੀ, ਦੇਖੋ ਇਹ ਬੜੀ ਗੰਦੀ ਗੱਲ ਆ ਜਿਹੜੀ ਵਿੱਚ ਉਹਦਾ ਲਿਖੀ ਗਈ ਆ, ਤੇ ਇਹਦੇ ਉੱਤੇ ਤਾਂ
ਸ਼ਰਮਿੰਦਗੀ ਮਹਿਸੂਸ ਕੀਤੀ ਜਾ ਸਕਦੀ ਹੈ ਜਾਂ ਉਹ ਮਹਿਸੂਸ ਕਰਨ ਜਿਨ੍ਹਾਂ ਨੇ ਕੁਝ ਲਿਖਿਆ ਹੈਗਾ ਇਹ, ਕਿਉਂਕਿ ਸਾਡੇ ਪੰਜਾਬੀਆਂ ਦੇ ਵਿੱਚ ਇਹ ਆਦਤ ਆ ਕਿ ਅਸੀਂ ਕਿਹੜਾ ਕੋਈ ਤੋਲ ਕੇ ਬੋਲਦੇ ਆ ਜਾਂ ਕੋਈ ਸੋਚ ਕੇ ਕਹਿਣਾ ਹੁੰਦਾ, ਅਸੀਂ ਤਾਂ ਜੋ ਮੂੰਹ ਦੇ ਵਿੱਚ ਆ ਗਿਆ ਜਿਵੇਂ ਠੀਕ ਲੱਗਿਆ ਉਵੇਂ ਗੱਲ ਪਟਰ ਪਟਰ ਕਰ ਦੇਣੀ ਆ। ਤੁਸੀਂ ਦੇਖੋ ਬਹੁਗਿਣਤੀ ਪੰਜਾਬੀ ਆ ਜਿਹੜੇ, ਉਹਨਾਂ ਨੂੰ ਬੋਲਣ ਦਾ ਢੰਗ ਭੁੱਲ ਗਿਆ, ਬੋਲ ਕੇ ਲਿਖ ਕੇ ਜਦੋਂ ਵਿਚਾਰ ਪ੍ਰਗਟ ਕਰਦੇ ਆ ਤਾਂ ਕਿੰਨੀਆਂ ਚੋਭਾਂ ਲਾਉਂਦੇ ਆ, ਕਿੰਨੀਆਂ ਗੱਦੀਆਂ ਗੱਲਾਂ ਕਹਿ ਦਿੰਦੇ ਆ। ਸੋ ਇਹ ਨਾ ਇੱਕ ਗਰੁੱਪ ਬਣਾਇਆ ਹੋਇਆ ਜੀ ਮਿਸ਼ਨ ਖਡੂਰ ਸਾਹਿਬ ਅੰਮ੍ਰਿਤਪਾਲ ਦੇ ਪੱਖ 'ਚ। ਉੱਥੇ ਪਤਾ ਲੱਗਾ ਕਿ ਕੁਝ ਲੋਕ ਆਪਸ ਦੇ ਵਿੱਚ ਗਰੁੱਪ ਦੇ ਵਿੱਚ ਚੈਟ ਕਰ ਰਹੇ ਆ, ਤੇ ਇੱਕ ਜਣਾ ਦੂਜਾ ਜਣੇ ਤੋਂ ਪੁੱਛਦਾ ਵੀ ਹਾਂ ਕੀ ਹਾਲ ਆ ਭਾਊ ਦਾ, ਅੰਮ੍ਰਿਤਪਾਲ ਦਾ ਮਤਲਬ। ਦੂਜਾ ਕਹਿੰਦਾ ਠੀਕ ਆ, ਤੀਜਾ ਫਿਰ ਕੁਝ ਹੋਰ ਕਹਿੰਦਾ, ਇਦਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ। ਫਿਰ ਉਸ ਤੋਂ ਬਾਅਦ ਗੱਲ ਚੱਲਦੀ 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 ਪਹੁੰਚ ਜਾਂਦੀ ਹੈ ਜੀ ਕਿ ਬਾਕੀ ਤਾਂ ਸਭ ਕੁਝ ਠੀਕ ਆ, ਪਰ ਦਲਿਤ ਭਾਈਚਾਰੇ ਦਾ ਆਪਾਂ ਨੂੰ ਪੰਗਾ ਪਊਗਾ ਯਾਰ, ਦਲਿਤ ਆ ਜਿਹੜੇ ਉਹ ਨਹੀਂ ਵੋਟ ਦੇ ਵਿੱਚ ਬਾਰੇ ਕੋਈ ਇਦਾਂ ਦੀ ਗੱਲ ਆ। ਉਹ ਫਿਰ ਦੂਜਾ ਕਹਿੰਦਾ ਯਾਰ ਦਲਿਤ ਭਾਈਚਾਰੇ ਨੇ ਤਾਂ ਪੈਸੇ ਨਾਲ ਹੀ ਵੋਟਾਂ ਪਾਉਣੀਆਂ ਹੁੰਦੀਆਂ। ਫਿਰ ਤੀਜਾ ਇਹ ਗੱਲ ਕਹਿੰਦਾ ਵੀ ਭਾਈ ਉਹ ਆ, ਮੈਂ ਚਲੋ ਦਲਿਤ ਭਾਈਚਾਰਾ ਕਹਿੰਦਾ, ਉਹਦੇ ਵਿੱਚ ਉਹਨਾਂ ਨੇ ਗਲਤ ਸ਼ਬਦ ਵਰਤੇ ਹੋਏ ਆ ਇਸ ਤਰੀਕੇ ਦੇ ਨਾਲ। ਉਹਦੇ ਵਿੱਚ ਇਹ ਗੱਲ ਕਹੀ ਆ ਕਿ ਜਿਹੜੀਆਂ ਦਲਿਤਾਂ ਦੀਆਂ ਔਰਤਾਂ ਹੁੰਦੀਆਂ ਇਹ ਤਾਂ 500-500 ਰੁਪਏ ਦੇ ਵਿੱਚ ਖੇਤਾਂ ਦੇ ਵਿੱਚ ਆ ਇਹ ਕੰਮ ਕਰਦੀਆਂ, ਯੇ ਕਰਦੀਆਂ, ਵੋ ਕਰਦੀਆਂ। ਸੋ ਇਦਾਂ ਦੀਆਂ ਉਸ ਵਟਸਐਪ ਗਰੁੱਪ ਦੇ ਵਿੱਚ ਗੱਲਾਂ ਬਾਤਾਂ ਲਿਖੀਆਂ, ਚੈਟ ਕੀਤੀ ਹੋਈ ਆ। ਹੁਣ ਇੱਕ ਵਿਅਕਤੀ ਦੇ ਵੱਲੋਂ ਇਸ ਚੈਟ ਦੇ ਸਕਰੀਨਸ਼ਾਟ ਲੈ ਕੇ ਤੇ ਫਗਵਾੜੇ ਦੇ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਗਈ ਆ ਉਹਨਾਂ 3-4 ਲੋਕਾਂ ਦੇ ਖਿਲਾਫ ਜਿਹੜੇ ਲੋਕਾਂ ਦੇ ਵੱਲੋਂ ਇਹ ਸਾਰਾ ਕੁਝ ਵਰਤਿਆ ਗਿਆ, ਇਹ ਸ਼ਬਦ ਵਰਤੇ ਗਏ, ਇਹ ਚੈਟ ਕੀਤੀ ਗਈ ਆ। ਸੋ ਮੈਨੂੰ ਨਹੀਂ ਪਤਾ ਵੀ ਪੁਲਿਸ ਨੇ ਕੀ ਕਾਰਵਾਈ ਕਰਨੀ ਆ ਇਸ ਮਸਲੇ ਦੇ ਉੱਤੇ, ਕੀ ਪਰਚਾ ਹੁੰਦਾ ਨਹੀਂ ਹੁੰਦਾ, ਪਰ ਦੇਖੋ ਗੰਦੇ ਸ਼ਬਦਾਂ ਦੀ ਵਰਤੋਂ ਕਰਨੀ ਸਾਡੇ ਸੁਭਾਅ ਦੇ ਵਿੱਚ ਕਿਵੇਂ ਗੱਲ ਬਣ ਗਈ ਆ। ਜੋ ਮਨ ਦੇ ਵਿੱਚ ਆਉਂਦਾ ਲਿਖ ਦਿਓ, ਜੋ ਮੂੰਹ ਦੇ ਵਿੱਚ ਆਉਂਦਾ ਕਹਿ ਦਿਓ। ਵੀ ਤੁਸੀਂ ਕਿਸੇ ਦੇ ਵੀ ਸਮਰਥਕ ਹੋਵੋ, ਜੇ ਤੁਸੀਂ ਰਾਜੇ ਵੜਿੰਗ ਦੇ ਹੋ ਲੁਧਿਆਣੇ 'ਚ, ਕਿਸੇ ਨੇ ਕੋਈ ਵਟਸਐਪ ਗਰੁੱਪ ਬਣਾਇਆ ਹੋਵੇ ਸਰਬਜੀਤ ਸਿੰਘ ਖਾਲਸਾ ਦੇ ਲਈ ਫਰੀਦਕੋਟ 'ਚ, ਕਿਸੇ ਨੇ ਜਸਵੀਰ ਸਿੰਘ ਗੜੀ ਦਾ ਬਣਾਇਆ ਹੋਵੇ, ਲੋੜ ਕੀ ਇੱਦਾਂ ਦੀਆਂ ਗੱਲਾਂ ਕਰਨ ਦੀ? ਤੁਸੀਂ ਤੋਲ ਕੇ ਬੋਲੋ, ਸੋਚ ਕੇ ਲਿਖੋ, ਪ੍ਰਚਾਰ ਕਰਨਾ ਤੁਹਾਡੇ ਪੱਖ ਦੇ ਵਿੱਚ ਗੱਲ ਆ। ਤੁਸੀਂ ਵਟਸਐਪ ਗਰੁੱਪ ਬਣਾਏ ਆ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਦੇ ਲਈ, ਪਰ ਤੁਸੀਂ ਉਹਦੇ ਵਿੱਚ ਕੀ ਅਬਲਗਾ ਟਬਲਗਾ ਮਾਰਦੇ ਆ, ਤੁਸੀਂ ਕਿੰਨੇ ਗੰਦੇ ਸ਼ਬਦਾਂ ਦੀ ਵਰਤੋਂ ਕਰਦੇ ਆ। ਸੋ ਉਹੀ ਗੱਲ ਆ ਜੀ ਕਿ ਬੰਦੇ ਸੋਚਦੇ ਨਹੀਂ ਵੀ ਭਾਈ ਇਹਦੇ ਦੂਰਰਸੀ ਨਤੀਜੇ ਕੀ ਹੋਣਗੇ। ਪੰਜਾਬੀਆਂ ਨੂੰ ਗੱਲ ਕਰਨ ਦਾ ਢੰਗ ਭੁੱਲ ਗਿਆ, ਪੰਜਾਬੀਆਂ ਨੂੰ ਸੋਚ ਸਮਝ ਕੇ ਬੋਲਣ ਦਾ ਢੰਗ ਭੁੱਲ ਗਿਆ। ਚੱਕਵੀਂ ਗੱਲ ਕਰਨਾ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਆ ਗਈ ਆ, ਤੇ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਕਿ ਬਹੁਤ ਦੁੱਖ ਵਾਲੀ ਗੱਲ ਹੈ। ਖੈਰ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਗੁਰਮੀਤ ਰਾਮ ਰਹੀਮ ਦੀ। ਕਤਲ ਮਾਮਲੇ ਦੇ ਵਿੱਚ ਕਹਿੰਦੇ ਬਰੀ ਹੋ ਗਿਆ ਗੁਰਮੀਤ ਰਾਮ ਰਹੀਮ। ਬਿਲਕੁਲ ਜੀ ਬਿਲਕੁਲ, ਕਤਲ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਆ ਜਿਹੜਾ, ਤੇ ਉਹ ਪਤਾ ਲੱਗਾ ਜੀ ਕਿ ਹੁਣ ਬਰੀ ਹੋ ਗਿਆ। ਤੇ ਵੈਸੇ ਇਸ ਤੋਂ ਪਹਿਲਾਂ ਉਹਦੇ ਉੱਤੇ ਕਈ ਕੇਸ ਚੱਲਦੇ ਹੁੰਦੇ ਸੀ ਤੇ ਵੱਖ ਵੱਖ ਥਾਵਾਂ ਦੇ ਉੱਤੇ ਉਹਨੇ ਹੁਣ ਰਾਹਤ ਹਾਸਲ ਕੀਤੀ ਆ। ਇਸ ਤੋਂ ਪਹਿਲਾਂ ਵੀ ਉਹ 1-2 ਕੇਸਾਂ ਦੇ ਵਿੱਚ ਬਰੀ ਹੋਇਆ, ਤੇ ਇਹ ਇੱਕ ਬਹੁਤ ਵੱਡਾ ਕੇਸ ਸੀਗਾ ਰਣਜੀਤ ਸਿੰਘ ਕਤਲਕਾਂਡ ਦਾ ਮਾਮਲਾ। ਤੁਹਾਨੂੰ ਚੇਤੇ ਹੋਣਾ ਵੀ ਇੱਕ ਵਾਰੀ ਸਾਧਵੀਆਂ ਦੀ ਚਿੱਠੀ ਜਿਹੜੀ ਹੈ, ਗੁਪਤ ਚਿੱਠੀ ਦੇ ਆਧਾਰ ਦੇ ਉੱਤੇ ਇਹ ਹੋਣ ਵਾਲਾ ਮਸਲਾ ਸਾਰਾ ਹੋਇਆ। ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀਗੇ ਅਟਲ ਬਿਹਾਰੀ ਵਾਜਪਾਈ। ਉਦੋਂ 2-3 ਸਾਧਵੀਆਂ ਨੇ ਚਿੱਠੀ ਲਿਖੀ ਸੀ ਗੁਪਤ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨੂੰ। ਉਸ ਤੋਂ ਬਾਅਦ 2 ਕਤਲ ਹੋਏ ਸੀਗੇ, ਜਿਹਦੇ ਵਿੱਚ ਇੱਕ ਪੱਤਰਕਾਰ ਛਤਰਪਤੀ ਦਾ ਸੀਗਾ ਤੇ ਇੱਕ ਰਣਜੀਤ ਸਿੰਘ ਦਾ ਸੀਗਾ। ਰਣਜੀਤ ਸਿੰਘ ਦਾ ਕਤਲ ਹੋਇਆ ਤੇ CBI ਨੇ ਇਹ ਗੱਲ ਕਹੀ ਸੀ ਵੀ ਇਹਦੇ ਪਿੱਛੇ ਕਾਰਨ ਇਹ ਹੋ ਸਕਦਾ ਵੀ ਭਾਈ ਰਣਜੀਤ ਸਿੰਘ ਦੀ ਭੈਣ ਡੇਰੇ ਦੇ ਵਿੱਚ ਸਾਧਵੀ ਬਣ ਕੇ ਰਹਿੰਦੀ, ਤੇ ਹੋ ਸਕਦਾ ਵੀ ਭਾਈ ਭੈਣ ਨੇ ਚਿੱਠੀ ਲਿਖੀ ਹੈ ਭਰਾ ਨੂੰ ਤੇ ਇਸ ਕਰਕੇ ਉਹਨੇ ਇਹ ਗੱਲ ਗਾਂਹ ਪਹੁੰਚਾਈ ਆ। ਚਲੋ ਰਣਜੀਤ ਸਿੰਘ ਦਾ ਕਤਲ ਹੋ ਗਿਆ, ਅਖਬਾਰ ਦੇ ਵਿੱਚ ਵਾਰ ਵਾਰ ਚਿੱਠੀ ਉਹ ਛਾਪਣ ਦੇ ਕਰਕੇ ਤੇ ਛਤਰਪਤੀ ਦਾ ਕਤਲ ਕਾਂਡ ਹੋ ਜਾਂਦਾ।
ਸੋ ਉਸ ਤੋਂ ਬਾਅਦ ਹੁਣ ਇਹ ਕੇਸ ਚੱਲਿਆ, ਕੇਸ ਲੰਮਾ ਸਮਾਂ ਚੱਲਦਾ ਰਿਹਾ ਕਈ ਦਹਾਕੇ, ਪਰ ਉਸ ਕੇਸ ਦੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਲੰਘੇ ਕੱਲ ਗੁਰਮੀਤ ਰਾਮ ਰਹੀਮ ਤੇ ਉਹਦੇ ਸਾਥੀਆਂ ਨੂੰ ਰਾਹਤ ਦਿੱਤੀ ਗਈ ਆ। ਤੇ ਇਹ ਪਤਾ ਲੱਗਾ ਜੀ ਕਿ ਹੁਣ ਇਹਦੇ ਵਿੱਚ ਸਬੂਤਾਂ ਦੀ ਘਾਟ ਕਰਕੇ ਜਾਂ ਕੋਈ ਵੀ ਕਾਰਨ ਆ ਇਹਦੇ ਕਰਕੇ ਰਾਹਤ ਮਿਲ ਗਈ ਆ। ਹੁਣ ਗੁਰਮੀਤ ਰਾਮ ਰਹੀਮ ਦੇ ਉੱਤੇ ਦੋ ਮੁੱਖ ਕੇਸ ਆ, ਦੋ ਸਾਧਵਗਾਂ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਜੀ ਦੋ 10-10 ਸਾਲ ਦੇ ਵੱਖ ਵੱਖ ਕੇਸ ਚੱਲਦੇ ਆ, ਤੇ ਇੱਕ ਹੈਗਾ ਛਤਰਪਤੀ ਕਤਲਕਾਂਡ ਦੇ ਵਿੱਚ ਉਮਰ ਕੈਦ ਦਾ ਕੇਸ, ਉਹਨੂੰ ਉਮਰ ਕੈਦ ਹੋਈ ਵੀ ਆ। ਤੇ ਰਣਜੀਤ ਸਿੰਘ ਕਤਲਕਾਂਡ ਦੇ ਮਾਮਲੇ 'ਚ ਉਹਨੂੰ ਬਰੀ ਕਰ ਦਿੱਤਾ ਗਿਆ। ਪ੍ਰੇਮੀ ਖੁਸ਼ ਆ ਵੀ ਭਾਈ ਇੱਕ ਬਹੁਤ ਵੱਡੀ ਰਾਹਤ ਵਾਲੀ ਖਬਰ ਆ ਗਈ ਆ, ਤੇ ਗੁਰਮੀਤ ਰਾਮ ਰਹੀਮ ਨੂੰ ਇਸ ਗੱਲ ਦੀ ਆਸ ਆ ਕਿ ਜਿਹੜੇ ਬਾਕੀ 2-3 ਕੇਸ ਆ ਇਹਨਾਂ ਦੇ ਵਿੱਚ ਵੀ ਮੈਂ ਬਰੀ ਹੋ ਜਾਣਾ। ਸੋ ਇਹ ਸਮਾਂ ਦੱਸੂਗਾ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਮੋੜ ਇਸ ਮਾਮਲੇ ਦੇ ਵਿੱਚ ਆਉਂਦੇ ਆ, ਪਰ ਜਿਹੜੇ ਪ੍ਰੇਮੀ ਆ ਉਹ ਹੁਣ ਵੋਟ ਕਿਹੜੇ ਪਾਸੇ ਨੂੰ ਪਾਉਂਦੇ, ਸਵਾਲ ਇਹ ਆ। ਕਿਉਂਕਿ ਦੇਖੋ ਇਹ ਉਹ ਵੇਲਾ ਜਦੋਂ ਕੁੜਮ ਗੁਰਮੀਤ ਰਾਮ ਰਹੀਮ ਦਾ ਤੇ ਇਸ ਵੇਲੇ ਬੀਜੇਪੀ 'ਚ ਚਲਾ ਗਿਆ ਹਰਮਿੰਦਰ ਸਿੰਘ ਜੱਸੀ, ਇਹ ਉਹ ਵੇਲਾ ਜਦੋਂ ਲੋਕਾਂ ਦੀ ਧਾਰਨਾ ਬਣੀ ਹੋਈ ਆ ਕਿ ਬੀਜੇਪੀ ਦੇ ਵੱਲੋਂ ਜਦੋਂ ਵੀ ਵੋਟਾਂ ਹੁੰਦੀਆਂ ਉਦੋਂ ਗੁਰਮੀਤ ਰਾਮ ਰਹੀਮ ਨੂੰ ਬਾਹਰ ਲੈਂਦਾ ਜਾਂਦਾ, ਪਰ ਇਹ ਉਹ ਵੇਲਾ ਵੀ ਐਤਕੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਨਹੀਂ ਮਿਲੀ, ਉਹਦਾ ਕਾਰਨ ਅਦਾਲਤ ਆ। ਤੇ ਇਹ ਉਹ ਵੇਲਾ ਜਦੋਂ ਇੱਕਦਮ ਬਹੁਤ ਵੱਡੀ ਰਾਹਤ ਮਿਲ ਗਈ ਆ ਇੱਕ ਕਤਲ ਕੇਸ ਦੇ ਮਾਮਲੇ ਦੇ ਵਿੱਚ ਬਰੀ ਹੋਣ ਦੇ ਕਰਕੇ। ਸੋ ਐਤਕੀ ਡੇਰਾ ਪ੍ਰੇਮੀ ਨੇ ਜਿਹੜੇ ਮਾਲਵੇ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਤੇ ਕਿਹਨੂੰ ਵੋਟਾਂ ਪਾਉਣਗੇ ਇਹ ਆਉਣ ਵਾਲਾ ਵਕਤ ਦੱਸੂਗਾ, ਪਰ ਇਹ ਆਪਣੇ ਆਪ ਦੇ ਵਿੱਚ ਬੜੀ ਅਚੰਭੇ ਵਾਲੀ ਗੱਲ ਆ ਵੀ ਭਾਈ ਕਿਸ ਤਰੀਕੇ ਦੇ ਨਾਲ ਮੋੜ ਕੱਟੇ ਜਾਂਦੇ ਆ। ਗੱਲ ਇਹ ਆ ਵੀ ਜੇ ਤਾਂ ਭਾਈ ਉਹਦਾ ਕਸੂਰ ਨਹੀਂ ਸੀ ਰਣਜੀਤ ਸਿੰਘ ਕਤਲਕਾਂਡ ਦੇ ਮਾਮਲੇ 'ਚ, ਤੇ ਫਿਰ ਇੰਨੀ ਦੇਰ ਤੱਕ ਉਹਦੇ 'ਤੇ ਕੇਸ ਕਿਉਂ ਚੱਲਦਾ ਰਿਹਾ, ਤੇ ਜੇ ਫਿਰ ਕਸੂਰ ਸੀ ਤਾਂ ਫਿਰ ਉਹ ਬਰੀ ਕਿਵੇਂ ਹੋ ਗਿਆ। ਇਹ ਆਪਣੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਮੈਂ ਮੰਨਦਾ ਵੀ ਘਾਟ ਆ ਵੀ ਬੰਦਾ 15-15, 20-20 ਸਾਲ ਜੇਲ੍ਹ ਦੇ ਵਿੱਚ ਲਾ ਆਉਂਦਾ ਤੇ ਬਾਅਦ ਦੇ ਵਿੱਚ ਇਹ ਗੱਲ ਕਹੀ ਜਾਂਦੀ ਵੀ ਸਬੂਤਾਂ ਦੀ ਘਾਟ ਕਰਕੇ ਉਹਨੂੰ ਬਰੀ ਕੀਤਾ ਜਾਂਦਾ, ਉਹਦਾ ਕਸੂਰ ਕੀ ਉਹਨੇ ਸਮੇਂ ਦੇ ਲਈ। ਸੋ ਇਹ ਵੀ ਇੱਕ ਪੱਖ ਹੈਗਾ ਜੀ, ਬਿਲਕੁਲ। ਜਿਹੜਾ ਸਾਹਿਬ ਪ੍ਰਚਾਰ ਜ਼ੋਰਾਂ ਸ਼ੋਰਾਂ ਦੇ ਨਾਲ ਹੋ ਰਿਹਾ ਜੀ, ਵੱਡੇ ਵੱਡੇ ਚਿਹਰੇ ਜਿਹੜੇ ਨੇ, ਵੱਡੇ ਵੱਡੇ ਲੋਕ ਜਿਹੜੇ ਨੇ, ਉਹ ਹੁਣ ਪੰਜਾਬ ਦੇ ਵਿੱਚ ਨੇ, ਪ੍ਰਚਾਰ ਕਰ ਰਹੇ ਨੇ, ਆ ਰਹੇ ਨੇ, ਜਾ ਰਹੇ ਨੇ। ਲੁਧਿਆਣਾ ਦੇ ਵਿੱਚ ਨਿਰਮਲਾ ਸੀਤਾਰਮਨ ਤੇ ਫਰੀਦਕੋਟ ਦੇ ਵਿੱਚ ਖੜਗੇ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਜੀ। ਹਾਂ ਬਿਲਕੁਲ ਜੀ, ਦੇਖੋ ਗੱਲ ਇਹ ਜੀ ਕਿ ਹੁਣ ਜਦੋਂ ਪ੍ਰਚਾਰ ਦੇ ਲਈ ਕੁਝ ਘੰਟੇ ਬਾਕੀ ਆ ਤੇ ਸਾਰੀਆਂ ਸਿਆਸੀ ਪਾਰਟੀਆਂ ਦਾ ਪੂਰਾ ਜ਼ੋਰ ਲੱਗਿਆ ਪਿਆ, ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਦਿਨ ਰਾਤ ਇੱਕ ਕਰਕੇ ਪ੍ਰਚਾਰ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਵੀ ਕਿਸੇ ਵੀ ਪਾਰਟੀ ਦੇ ਵੱਲੋਂ ਕੋਈ ਢਿੱਲ ਮੱਠ ਨਹੀਂ ਵਰਤੀ ਜਾ ਰਹੀ। ਉਸੇ ਲੜੀ ਦੇ ਵਿੱਚ ਇਹ ਜਾਣਕਾਰੀਆਂ ਮਿਲਦੀਆਂ ਕਿ ਮਲਕਾਰਜਨ ਖੜਗੇ ਨੇ ਜਿਹੜੇ ਉਹ ਲੰਘੇ ਕੱਲ ਫਰੀਦਕੋਟ ਦੇ ਖੇਤਰ ਦੇ ਵਿੱਚ ਪ੍ਰਚਾਰ ਕਰਕੇ ਗਏ ਆ, ਹੋਰ ਵੀ ਕਈ ਥਾਵਾਂ ਤੇ ਗਏ ਆ, ਤੇ ਨਿਰਮਲਾ ਸੀਤਾਰਮਨ ਨੇ ਰਵਨੀਤ ਬਿੱਟੂ ਦੇ ਪੱਖ ਦੇ ਵਿੱਚ ਪ੍ਰਚਾਰ ਕੀਤਾ ਲੁਧਿਆਣੇ ਦੇ ਵਿੱਚ। ਨਿਰਮਲਾ ਸੀਤਾਰਮਨ ਨੇ ਤੇ ਇਹ ਗੱਲ ਕਹੀ ਆ ਵੀ ਜਦੋਂ ਹੁਣ ਸਾਡੀ ਸਰਕਾਰ ਫੇਰ ਆ ਗਈ ਤੇ ਬਿੱਟੂ ਹੋਰੀ ਜਦੋਂ ਜਿੱਤ ਗਏ ਤੇ ਫਿਰ ਤੁਸੀਂ ਦੇਖਿਓ ਜੀ ਇਹਨਾਂ ਨੂੰ ਅਸੀਂ ਬਹੁਤ ਵਧੀਆ ਥਾਂ ਦੇ ਉੱਤੇ ਐਡਜਸਟ ਕਰਾਂਗੇ, ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਵਪਾਰੀਆਂ ਦੇ ਲਈ ਟੈਕਸ ਸਲੈਬ ਦੇ ਵਿੱਚ ਵੀ ਕੁਝ ਵਿਸ਼ੇਸ਼ ਪ੍ਰਬੰਧ ਕਰਾਂਗੇ। ਮਤਲਬ ਉਹਨਾਂ ਨੂੰ ਪਤਾ ਵੀ ਲੁਧਿਆਣਾ ਜਿਹੜਾ ਉਹ ਕਾਰੋਬਾਰੀਆਂ ਦੀ ਨਗਰੀ ਆ, ਇੰਡਸਟਰੀ ਵਾਲਿਆਂ ਦੀ ਨਗਰੀ ਆ, ਇਸ ਕਰਕੇ ਆਪਾਂ ਆਹ ਪੱਤਾ ਵੀ ਖੇਡੀਏ, ਉਹਨਾਂ ਨੇ ਆਹ ਗੱਲ ਕਹਿਤੀ ਆ। ਹੁਣ ਉਸ ਤੋਂ ਇਲਾਵਾ ਜੋ ਮਲਕਾਰਜਨ ਖੜਗੇ ਆ ਉਹਨਾਂ ਨੇ ਇੱਕ ਨਵੀਂ ਗੱਲ ਆਖਤੀ ਆ, ਉਹ ਕਹਿੰਦੇ ਵੀ ਬੀਜੇਪੀ ਐਵੇਂ ਅਵਲਗਾਂ ਟਬਲਗਾਂ ਛੱਡਦੀ ਵੀ ਭਾਈ 400 ਤੋਂ ਪਾਰ ਐਤਕੀ ਸਾਨੂੰ ਸੀਟਾਂ ਮਿਲ ਜਾਣੀਆਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਕਹਿੰਦੇ ਜੀ ਬੀਜੇਪੀ ਐਤਕੀ 200 ਤੋਂ ਪਾਰ ਨਹੀਂ ਹੁੰਦੀ, ਜਦੋਂ ਸਾਨੂੰ ਸੀਟਾਂ ਵੱਧ ਰਹੀਆਂ ਐਤਕੀ ਰਾਜਸਥਾਨ ਦੇ ਵਿੱਚ ਵੀ, ਗੁਜਰਾਤ ਦੇ ਵਿੱਚ ਵੀ, ਦਿੱਲੀ ਦੇ ਵਿੱਚ ਵੀ, ਹੋਰ ਵੱਖ ਵੱਖ ਥਾਵਾਂ ਤੇ ਵੀ, ਤੇ ਜੇਕਰ ਸਾਡੀਆਂ ਸੀਟਾਂ ਵਧਣਗੀਆਂ ਤਾਂ ਬੀਜੇਪੀ ਦੀਆਂ ਹੀ ਘਟਣਗੀਆਂ, ਤੇ ਜਦੋਂ ਬੀਜੇਪੀ ਦੀ ਸੀਟ ਹਰ ਸੂਬੇ ਦੇ ਵਿੱਚ ਘਟ ਰਹੀ ਹੈ ਤਾਂ ਫਿਰ ਇਹ 400 ਤੋਂ ਪਾਰ ਕਿਵੇਂ ਹੋ ਜਾਣਗੇ। ਉਹਨਾਂ ਨੇ ਕਿਹਾ ਜੀ ਕਿ ਇਹ ਐਵੇਂ ਹਵਾ ਮਾਰਦੇ ਆ, ਹੋਰ ਇਹਦੇ ਵਿੱਚ ਕੁਝ ਵੀ ਨਹੀਂ ਆ।
ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਦਾਅਵੇ ਨਾਲ ਕਹਿੰਦੇ ਵੀ ਐਤਕੀ ਬੀਜੇਪੀ ਦੀ ਸਰਕਾਰ ਨਹੀਂ ਬਣਦੀ, ਐਤਕੀ 6 ਗੇੜਾਂ ਦੇ ਵਿੱਚ ਇਹਨਾਂ ਦੀ ਫੂਕ ਨਿਕਲ ਗਈ ਆ, ਤੇ 7ਵੇਂ ਗੇੜ ਦੇ ਵਿੱਚ ਪੰਜਾਬ ਵਾਸੀ ਤੇ ਹਿਮਾਚਲ ਵਾਸੀ ਤੇ ਹੋਰ ਵੱਖ ਵੱਖ ਥਾਵਾਂ ਦੀਆਂ ਜਿੱਥੇ ਵੋਟਾਂ ਪੈਣੀਆਂ ਤੇ ਉਹ ਲੋਕ ਆ ਜਿਹੜੇ ਉਹ ਇਹਨਾਂ ਦੀ ਫੂਕ ਕੱਢ ਦੇਣ, ਕਿਉਂਕਿ 1 ਤਰੀਕ ਤੋਂ 1 ਜੂਨ ਨੂੰ ਵੋਟਾਂ ਪੈਣੀਆਂ ਹੈਗੀਆਂ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ 57-58 ਸੀਟਾਂ ਵਾਸਤੇ ਵੋਟਾਂ ਪੈਣੀਆਂ। ਸੋ ਇਹ ਆਖਰੀ ਗੇੜ ਆ ਤੇ 4 ਜੂਨ ਦੇ ਨਤੀਜਿਆਂ ਨੇ ਸਾਰਾ ਕੁਝ ਬਿਆਨ ਕਰ ਦੇਣਾ। ਪਰ ਜਿਹੜੀ ਆਹ 2 ਦਿਨ ਪ੍ਰਚਾਰ ਦੇ, ਇੱਕ ਅੱਜ ਦਾ ਤੇ ਇੱਕ ਕੱਲ੍ਹ ਦਾ, ਇਹਦੇ ਵਿੱਚ ਬਹੁਤ ਕੁਝ ਹੋ ਸਕਦਾ। ਇਹਦੇ ਵਿੱਚ ਇੱਕ ਦੂਜੇ ਦੀ ਕਿਰਦਾਰ ਕੁਸ਼ੀ ਵੀ ਕਰਨਗੇ, ਇੱਕ ਦੂਜੇ ਦੇ ਉੱਤੇ ਸ਼ਬਦ ਕਵਾਰ ਵੀ ਕਰਨਗੇ, ਇੱਕ ਦੂਜੇ ਦੇ ਉੱਤੇ ਚੋਭਾ ਵੀ ਲਾਉਣਗੇ, ਬੜਾ ਕੁਝ ਕਰਨਾ ਬਾਕੀ ਹੈ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਪਹਿਲਾਂ ਸਾਹਿਬ। ਖੈਰ ਅੱਗੇ ਵੱਧਦੇ ਹਾਂ। ਰਾਜਾ ਵੜਿੰਗ ਹੋਰਾਂ ਦੀ ਗੱਡੀ ਬੜੀ ਚਰਚਾ ਦੇ ਵਿੱਚ ਹੈ ਜੀ, ਕਹਿੰਦੇ ਕਰੋੜਾਂ ਦੀ ਗੱਡੀ ਹੈ ਰਾਜਾ ਵੜਿੰਗ ਹੋਰਾਂ ਦੇ ਕੋਲ। ਦੇਖੋ ਜੀ, ਗੱਲ ਇਹ ਕਿ ਉਹ ਕਰੋੜਾਂ ਦੀ ਵੀ ਹੋਵੇ, ਉਹ ਅਰਬਾਂ ਦੀ ਵੀ ਹੋਵੇ, ਪਰ ਸਾਡੀ ਰਾਜਨੀਤੀ ਦੇ ਵਿੱਚ ਤਾਂ ਗੱਲ ਇਹ ਵੀ ਇੱਕ ਦੂਜੇ ਦੇ ਪੈਰ ਮਿੰਦਣ ਵਾਲੀ ਗੱਲ ਆ। ਜੇ ਤਾਂ ਤੁਹਾਡੇ ਕੋਲੇ ਇਹ ਸਬੂਤ ਹੈਗਾ ਕਿ ਭਾਈ ਜਿਹੜੀ ਉਹਨਾਂ ਦੇ ਕੋਲੇ ਗੱਡੀ ਆ, ਉਹ ਗੱਡੀ ਹੈਗੀ ਜੀ ਗਲਤ ਤਰੀਕੇ ਨਾਲ ਕਮਾਏ ਹੋਏ ਪੈਸਿਆਂ ਦੀ, ਤੇ ਫੇਰ ਤਾਂ ਆਪਾਂ ਉਹਦੇ ਉੱਤੇ ਕਾਰਵਾਈ ਕਰਵਾਈਏ। ਪਰ ਜੇਕਰ ਸਾਡੇ ਕੋਲੇ ਸਬੂਤ ਹੈ ਨਹੀਂ ਗਾ, ਤੇ ਫੇਰ ਭਾਵੇਂ ਉਹ ਖਰਬਾਂ ਦੀ ਹੋਵੇ, ਤੇ ਫੇਰ ਬੰਦੇ ਦਾ ਕੁਛ ਕਹਿਣ ਦਾ ਫਰਜ਼ ਹੀ ਨਹੀਂ ਬਣਦਾ। ਰਾਜਾ ਵੜਿੰਗ ਵੀ ਤਾਂ ਉਸੇ ਪਾਰਟੀ ਦੇ ਵਿੱਚ ਆ ਜਿਹਦੇ ਵਿੱਚ ਰਵਨੀਤ ਬਿੱਟੂ ਹੁਣ ਤੱਕ ਰਹੇ ਆ, ਤੇ ਕੱਲ੍ਹ ਤੱਕ ਉਹ ਕਿਹੜਾ ਉਹ ਆਟੋ ਦੇ ਉੱਤੇ ਸੀਗੇ, ਉਦੋਂ ਤੱਕ ਤਾਂ ਬੋਲੇ ਨਹੀਂ ਗਏ, ਤੇ ਅੱਜ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ। ਸੋ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਮੁੱਦੇ ਦੀ ਗੱਲ ਕਰਦੇ ਨਹੀਂ ਗਏ ਤੇ ਅਬਲੀਆਂ ਟਬਲੀਆਂ ਸਾਰੇ ਛੱਡੀ ਜਾਂਦੇ ਆ, ਕਿਉਂਕਿ ਹੁਣ ਉਹ ਇਹ ਗੱਲ ਕਹਿੰਦੇ ਆ ਰਾਜਾ ਵੜਿੰਗ ਦੀ ਗੱਡੀ 1.5 ਕਰੋੜ ਰੁਪਏ ਦੀ ਆ, ਉਹਦੀ ਘਰਵਾਲੀ ਦੀ ਗੱਡੀ ਵੀ 1 ਕਰੋੜ ਰੁਪਏ ਦੀ ਆ, ਉਹ ਜੀ ਫਲਾਣੀ ਚੀਜ਼ ਇਦਾਂ ਦੀ ਆ, ਉਹ ਮਹਿੰਗੀ ਘੜੀ ਕਿਵੇਂ ਬੰਨਦਾ, ਉਹਦੇ ਕੋਲ ਇੰਨੇ ਪੈਸੇ ਕਿੱਥੋਂ ਆਏ ਆ। ਤੇ ਰਾਜਾ ਵੜਿੰਗ ਨੇ ਗੱਲ ਕਹੀ ਆ ਵੀ ਹਾਂ 1 ਕਰੋੜ ਤੇ 15 ਲੱਖ ਰੁਪਏ ਦੀ ਮੇਰੀ ਗੱਡੀ ਆ, ਤੇ ਮੇਰੀ ਘੜੀ ਵੀ ਬਹੁਤ ਮਹਿੰਗੀ ਆ, ਤੇ ਮੇਰੀ ਘਰਵਾਲੀ ਦੇ ਕੋਲੇ ਵੀ ਬਿਲਕੁਲ ਮਹਿੰਗੀ ਆ। ਤੇ ਉਹਨੇ ਇਹ ਗੱਲ ਕਹੀ ਆ ਜੀ ਕਿ ਅਸੀਂ ਤਾਂ ਜਦੋਂ ਪਿਛਲੀਆਂ ਚੋਣਾਂ ਸੀ ਤੇ ਉਦੋਂ ਵੀ ਭਾਈ ਮੈਂ ਮਹਿੰਗੀ ਗੱਡੀ ਦੇ ਉੱਤੇ ਪ੍ਰਚਾਰ ਕੀਤਾ, ਮੈਂ ਉਸ ਤੋਂ ਪਹਿਲੀਆਂ ਚੋਣਾਂ ਦੇ ਵਿੱਚ ਵੀ ਮਹਿੰਗੀ ਗੱਡੀ ਤੇ ਪ੍ਰਚਾਰ ਕੀਤਾ, ਤੇ ਉਹ ਤਾਂ ਮੇਰੀਆਂ ਘੜੀਆਂ ਨੂੰ ਦੇਖਦਾ, ਉਹ ਮੇਰੀਆਂ ਜਰਾਬਾਂ ਦੇਖੇ, ਮੇਰੀਆਂ ਜਰਾਬਾਂ ਵੀ ਬਹੁਤ ਮਹਿੰਗੀਆਂ ਹੈਗੀਆਂ। ਸੋ ਗੱਲ ਇਹ ਜੀ ਕਿ ਇਸ ਤਰੀਕੇ ਦੇ ਨਾਲ ਆ, ਪਰ ਫਿਰ ਗੱਲ ਇੱਥੇ ਆ ਕੇ ਮੁੱਕਦੀ ਆ ਵੀ ਭਾਈ ਇਹਦਾ ਫਾਇਦਾ ਕੀ ਆ, ਇਹਨਾਂ ਗੱਲਾਂ ਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਮਿਲਦਾ। ਚਾਹੀਦਾ ਇਹ ਆ ਵੀ ਜੇਕਰ ਬਿੱਟੂ ਸਾਹਿਬ ਦੇ ਕੋਲੇ ਕੋਈ ਸਬੂਤ ਹੈਗਾ ਤਾਂ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਇੱਕ ਪਾਸੇ ਗੱਲ ਕਰਨ ਵੀ ਭਾਈ ਆਹ ਲਓ ਸਬੂਤ, ਇਹਨੇ ਇਦਾਂ ਧਨ ਕਮਾ ਕੇ ਤੇ ਇਹਨੇ ਆਹ ਕੁਛ ਗਲਤ ਕੀਤਾ ਹੈਗਾ, ਪਰ ਉਹ ਗੱਲ ਨਹੀਂ ਕਰਨੀ, ਮੁੱਦੇ ਤੇ ਨਹੀਂ ਆਉਣਾ ਗਾ। ਜਾਂ ਤੁਸੀਂ ਗੱਲ ਕਰੋ ਵੀ ਇਹਦੇ ਉੱਤੇ ਮੈਂ ਚਰਚਾ ਫੇਰ ਕਰ ਲੂੰਗਾ, ਪਹਿਲਾਂ ਆਪਾਂ ਚਰਚਾ ਕਰਦੇ ਬੁੱਢੇ ਨਾਲੇ ਦੇ ਉੱਤੇ, ਕਿਉਂਕਿ ਹੁਣ ਤੱਕ ਤੁਸੀਂ ਬੁੱਢੇ ਨਾਲੇ ਦੀ ਗੱਲ ਨਹੀਂ ਕੀਤੀ ਕਦੇ, ਕਿਉਂਕਿ ਤੁਸੀਂ 2 ਵਾਰ ਮੈਂਬਰ ਪਾਰਲੀਮੈਂਟ ਲੁਧਿਆਣੇ ਤੋਂ ਲਗਾਤਾਰ ਰਹਿ ਲਏ ਆ। ਲੁਧਿਆਣੇ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ, ਲੁਧਿਆਣੇ 'ਚ ਪ੍ਰਵਾਸੀ ਮਜ਼ਦੂਰ, ਲੁਧਿਆਣੇ ਦੇ ਵਿੱਚ ਇੰਡਸਟਰੀ ਦੀ ਸਮੱਸਿਆ, ਲੁਧਿਆਣੇ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ, ਭੀੜੇ ਬਾਜ਼ਾਰਾਂ ਦੀ ਸਮੱਸਿਆ, ਪਾਣੀ ਦੀ ਸੇਵਰੇਜ ਦੀ ਸਮੱਸਿਆ, ਇਹਨਾਂ ਮੁੱਦਿਆਂ ਦੇ ਉੱਤੇ ਗੱਲ ਨਹੀਂ ਕਰਨੀ, ਹੋਰ ਹੀ ਗੱਲਾਂ ਕਰੀ ਜਾਣੀਆਂ ਜੀ। ਜੀ ਬਿਲਕੁਲ ਕਹਿਣਾ ਸਾਹਿਬ। ਉਧਰ ਸੁਨੀਲ ਜਾਖੜ ਹੋਰੀ ਬੜੇ ਗੁੱਸੇ ਚ ਨਜ਼ਰ ਆ ਰਹੇ ਨੇ, ਉਹ ਕਹਿੰਦੇ ਭੱਜਦਿਆਂ ਨੂੰ ਵਾਣ ਫਿਰ ਇੱਕੋ ਜਿਹੇ ਹੁੰਦੇ ਨੇ, ਇਹ ਕਿਹਨੂੰ ਕਹਿ ਰਹੇ ਨੇ ਜੀ? ਇਹ ਜੀ ਹੰਸਰਾਜ ਹੰਸ ਹੋਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਗਏ ਸੀਗੇ ਸੁਨੀਲ ਜਾਖੜ ਹੋਰੀ, ਉਹਨਾਂ ਨੇ ਉੱਥੇ ਇਹ ਗੱਲਾਂ ਕਹੀਆਂ। ਹੰਸਰਾਜ ਹੰਸ ਹੋਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦਿਆਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਇਸ ਵੇਲੇ ਜ਼ਰੂਰਤ ਹੈਗੀ ਇਸ ਗੱਲ ਦੀ ਕਿ ਭਾਈ ਅਸੀਂ ਸਾਰੇ ਹੀ ਠਰਮੇ ਨਾਲ ਚੱਲੀਏ। ਉਹ ਕਹਿੰਦੇ ਦੇਖੋ ਜੀ ਵਾਰ ਵਾਰ ਇਹ ਗੱਲ ਕਹੀ ਜਾਂਦੀ ਆ ਕਿ ਭਾਈ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਵੀ ਇੱਕ ਕਿਸਾਨ ਆਗੂ ਉੱਠ ਕੇ ਇਹ ਗੱਲ ਕਹਿੰਦਾ ਵੀ ਭਾਈ ਇਹਨਾਂ ਨੂੰ ਕਲਮੇ ਤੋਂ ਫੜ ਲਓ, ਇਹਨਾਂ ਨੇ ਕਲਮੇ ਨੂੰ ਹੱਥ ਪਾ ਲਓ ਇਹਨਾਂ ਦਿਨ। ਉਹ ਕਹਿੰਦੇ ਵੀ ਐਂ ਕਲਮੇ ਨੂੰ ਕਿਵੇਂ ਹੱਥ ਪਾ ਲਓ?
ਤੇ ਪਰ ਭਾਈ ਭਾਈਦਾ ਨੂੰ ਮਾਣ ਤਾਂ ਇੱਕੋ ਜਿਹੀ ਹੁੰਦੇ ਜੇਕਰ ਤੁਸੀਂ ਇਦਾਂ ਦੇ ਸ਼ਬਦ ਵਰਤਦੇ ਆ ਤਾਂ। ਤੇ ਨਾਲ ਹੀ ਸੁਨੀਲ ਜਾਖੜ ਨੇ ਗੱਲ ਕਹੀ ਆ ਵੀ ਅਸੀਂ ਤਾਂ ਉਹਨਾਂ ਕਿਸਾਨ ਆਗੂਆਂ ਨੂੰ ਵੀ ਜਾਣਦੇ ਆ ਜਿਹੜੇ ਪਿਛਲੀ ਵਾਰ ਕਿਸਾਨ ਅੰਦੋਲਨ ਦੇ ਵਿੱਚ ਗਏ ਸੀ ਟਰੈਕਟਰਾਂ ਦੇ ਉੱਤੇ ਤੇ ਆਏ ਸੀਗੇ ਮਹਿੰਗੀਆਂ ਗੱਡੀਆਂ ਦੇ ਉੱਤੇ। ਇਹਨਾਂ ਦੇ ਉੱਤੇ ਪੈਸਿਆਂ ਦੇ ਗਬਨ ਦੇ, ਫੰਡ ਖਾਣ ਪੀਣ ਦੇ ਵੀ ਦੋਸ਼ ਲੱਗੇ ਆ। ਉਹਨਾਂ ਨੇ ਕਿਹਾ ਜੀ ਵੀ ਵੋਟ ਦੇ ਬਾਰੇ ਅਧਿਕਾਰ ਤੁਹਾਡਾ ਆਪਣਾ, ਪਰ ਤੁਸੀਂ ਕਦੇ ਕਿਸੇ ਦੇ ਗਲ ਪੈ ਜਾਂਦੇ ਆ, ਕਦੇ ਕਿਸੇ ਨੂੰ ਕੁਛ ਕਹਿ ਦਿੰਦੇ ਆ। ਕਿਸਾਨ ਜਥੇਬੰਦੀਆਂ ਦੇ ਵਿੱਚੋਂ ਕੁਝ ਨੇ ਬਹੁਤ ਕੁਛ ਨੁਕਸਾਨਿਆ ਹੈਗਾ, ਬਹੁਤ ਗਲਤ ਇਮੇਜ ਬਣਾਈ ਆ ਸਮੁੱਚੇ ਕਿਸਾਨਾਂ ਦੀ। ਸੋ ਉਹੀ ਗੱਲ ਹੈ ਜੀ, ਆਪਾਂ ਅੱਗੇ ਵੀ ਗੱਲ ਕਹਿੰਦੇ ਹੁੰਦੇ ਆ, ਤੁਹਾਡੇ ਕੋਲੇ ਵੋਟ ਨਾ ਪਾਉਣ ਦਾ ਅਧਿਕਾਰ ਆ, ਤੁਸੀਂ ਵੋਟ ਨਾ ਪਾਓ, ਬਿਲਕੁਲ ਨਾ ਪਾਓ। ਪਰ ਕਿਸਾਨਾਂ ਨੂੰ ਵੀ ਬੇਨਤੀ ਹੈ ਵੀ ਭਾਈ ਤੁਸੀਂ ਵੀ ਹਾਈਪਰ ਹੋ ਕੇ ਗੁੱਸੇ ਦੇ ਵਿੱਚ ਆ ਕੇ ਮੂੰਹ ਦੇ ਵਿੱਚੋਂ ਜੋ ਮਰਜ਼ੀ ਕੱਢ ਦਿੰਦੇ ਹੋ ਉਹ ਵੀ ਬੰਦ ਕਰੋ। ਤੇ ਇੱਥੇ ਬੀਜੇਪੀ ਨੂੰ ਵੀ ਬੇਨਤੀ ਹੈ ਵੀ ਭਾਈ ਜੇਕਰ ਤੁਸੀਂ ਮੰਗਾਂ ਮੰਨੀਆਂ ਸੀ ਤੇ ਉਹਨਾਂ ਮੰਗਾਂ ਦੇ ਉੱਤੇ ਗੌਰ ਫਰਮਾਈ ਕਰੋ। ਸੋ ਇਹ ਦੋਵੇਂ ਤਰ੍ਹਾਂ ਵਾਸਤੇ ਸੋਚਣ ਵਾਲੀ ਗੱਲ ਹੈ ਜੀ। ਜੀ ਬਿਲਕੁਲ ਕਹਿਣਾ ਸਾਹਿਬ, ਮਾਨਸਾ ਚ ਕਹਿੰਦੇ ਸਮ੍ਰਿਤੀ ਇਰਾਨੀ ਹੋਰਾਂ ਦੇ ਚੌਪਰ ਨੂੰ ਲੈਂਡਿੰਗ ਦੀ ਇਜਾਜ਼ਤ ਹੀ ਨਹੀਂ ਮਿਲੀ ਜੀ। ਦੇਖੋ ਇਹ ਗੱਲ ਪਰਮਪਾਲ ਕੌਰ ਸਿੱਧੂ ਨੇ ਬੀਜੇਪੀ ਦੀ ਉਮੀਦਵਾਰ ਜੋ ਬਠਿੰਡੇ ਤੋਂ ਆ ਤੇ ਉਹਦੇ ਵੱਲੋਂ ਕਹੀ ਗਈ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਿਮਰਤੀ ਇਰਾਨੀ ਕੇਂਦਰੀ ਮੰਤਰੀ ਨੇ ਮੇਰੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਆਉਣਾ ਸੀਗਾ, ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਹੈਲੀਕਾਪਟਰ ਨੂੰ ਲੈਂਡਿੰਗ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਹਨਾਂ ਨੇ ਕਿਹਾ ਜੀ ਕਿ ਇਹਨਾਂ ਨੇ ਮੇਰੇ ਪ੍ਰਚਾਰ ਦੇ ਵਿੱਚ ਬਹੁਤ ਸਾਰੇ ਡਿੱਕੇ ਡਾਹੇ ਆ, ਪਹਿਲਾਂ ਵੀ ਡਾਹੇ ਆ ਤੇ ਹੁਣ ਵੀ ਡਾ ਰਹੇ ਆ, ਤੇ ਜੇਕਰ ਮੈਂ ਤੁਹਾਨੂੰ ਇੰਨੀ ਭੈੜੀ ਲੱਗਦੀ ਤਾਂ ਤੁਸੀਂ ਮੇਰੇ ਗੋਲੀ ਕਿਉਂ ਨਹੀਂ ਮਾਰ ਦਿੰਦੇ। ਉਹਨਾਂ ਨੇ ਆਹ ਗੱਲ ਕਹੀ ਹੈ ਤਿੱਖੇ ਰੌਂ ਦੇ ਵਿੱਚ। ਸੋ ਆਹ ਗੱਲਾਂ ਪਤਾ ਹੋਈਆਂ ਜੀ। ਬਾਕੀ ਗੱਲ ਇਹ ਵੀ ਜੇ ਕਿਸੇ ਨੇ ਪ੍ਰਚਾਰ ਕਰਨਾ ਤੇ ਅੱਜ ਕੱਲ੍ਹ ਦੇ ਵਿੱਚ ਆਹੇ ਕਰ ਜੂਗਾ। ਵੈਸੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਲੰਘੇ ਕੱਲ੍ਹ ਫੇਰ ਕੱਲ੍ਹ ਨੂੰ ਫੇਰ ਆ ਰਹੇ, ਭਲਕ ਨੂੰ ਫੇਰ ਆ ਰਹੇ ਆ। ਤੇ ਉਸ ਤੋਂ ਅਗਲੀ ਗੱਲ ਹੈ ਜੀ ਕਿ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤੇ ਲੁਧਿਆਣਾ ਖੇਤਰ ਦੇ ਵੱਲ ਯੋਗੀ ਆਦਿੱਤਿਆਨਾਥ ਵੀ ਕੱਲ੍ਹ ਨੂੰ ਆ ਰਹੇ ਆ। ਸੋ ਇਹ ਆਖਰੀ ਹਮਲਾ ਜਿਹੜਾ ਕੱਲ੍ਹ ਵਾਲਾ ਤੇ ਉਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਵੱਖ ਵੱਖ ਨੇਤਾ ਆਉਣਗੇ ਵੱਖ ਵੱਖ ਥਾਵਾਂ ਦੇ ਉੱਤੇ। ਅੱਜ ਪਤਾ ਲੱਗਾ ਜੀ ਕਿ ਬਠਿੰਡੇ ਦੇ ਵਿੱਚ ਲੱਖਾਂ ਸਿਧਾਣਾ ਦੇ ਪੱਖ ਦੇ ਵਿੱਚ ਤੇ ਕਈ ਲੋਕ ਜਾ ਕੇ ਤੇ ਉੱਥੇ ਵੱਡਾ ਰੋਡ ਸ਼ੋਅ ਕੱਢ ਰਹੇ ਆ। ਸੋ ਇਹ ਹੈ ਜੀ ਕਿ ਹੁਣ ਆਖਰੀ ਹਮਲਾ ਵੱਜ ਰਿਹਾ ਜੀ। ਜੀ ਤੇ ਤੁਹਾਡਾ ਸਾਹਿਬ ਗਰਮੀ ਦੇ ਕੀ ਹਾਲ ਚਾਲ ਨੇ ਜੀ? ਗਰਮੀ ਨੇ ਵੱਟ ਕੱਢੇ ਪਏ ਜੀ ਲੰਘੇ ਕੱਲ। ਇੱਥੇ ਬਠਿੰਡਾ ਸਭ ਤੋਂ ਵੱਧ ਗਰਮ ਸੀ, ਪਤਾ ਲੱਗਾ ਜੀ ਕਿ 49.3 ਡਿਗਰੀ ਟੈਂਪਰੇਚਰ ਲੰਘੇ ਕੱਲ ਬਠਿੰਡਾ ਦੇ ਵਿੱਚ ਰਿਹਾ। ਉਧਰ 50.5 ਡਿਗਰੀ ਟੈਂਪਰੇਚਰ ਆ ਜਿਹੜਾ ਉਹ ਰਾਜਸਥਾਨ ਦੇ ਚੁਰੂ ਖੇਤਰ ਦੇ ਵਿੱਚ ਰਿਹਾ। ਸੋ ਰਾਜਸਥਾਨ ਦੇ ਵਿੱਚ ਹੁਣ ਤੱਕ 43 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਆ ਇਸ ਗਰਮੀ ਦੇ ਕਰਕੇ, ਤੇ ਪੰਜਾਬ ਦੇ ਵਿੱਚ ਵੀ ਅੱਧੀ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆ। ਸੋ ਇਹ ਖਬਰਾਂ ਆ ਰਹੀਆਂ, ਪੰਜਾਬ ਦੇ ਵਿੱਚ 47, 48, 47, 48 ਡਿਗਰੀ ਹਰ ਥਾਂ ਦੇ ਉੱਤੇ ਟੈਂਪਰੇਚਰ। ਸੋ ਬਚਾਅ ਦੇ ਵਿੱਚ ਬਚਾਅ ਜੀ। ਜੀ ਸੋ ਖੈਰ, ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ, ਇੰਨੇ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ ਮਿਹਰਬਾਨੀ।